ਲੱਗਾ ਜੀ ਅਰਸ਼ਦੀਪ ਸਿੰਘ, ਪਿਓ ਦਾ ਨਾਂ ਚਰਨਜੀਤ ਸਿੰਘ ਹੈ ਅਤੇ ਪਿੰਡ ਭਾਣਾ ਇਹਦਾ। ਕਿਵੇਂ ਕੀ ਹਾਲਾਤ ਨੇ ਦੇਖੀ? ਹਾਲੇ ਚੱਲ ਰਹੀ ਹੈ, ਤਫਤੀਸ਼ ਵਾਰਸ ਆ ਰਹੇ ਹੈ, ਕੋਈ ਉਹਦੇ ਬਾਰੇ ਪਤਾ ਕਰਦੇ ਇਹਦਾ। ਪਤਾ ਲੱਗਾ ਸੀ MC ਸਾਹਿਬ ਨੂੰ, ਕਮਲਜੀਤ ਸਿੰਘ ਨੂੰ, ਉੱਥੋਂ ਸਾਨੂੰ ਫੋਨ ਗਿਆ 8 ਵਜੇ ਦੇ ਕਰੀਬ ਕਿ ਅਸੀਂ ਮੌਕੇ 'ਤੇ ਪਹੁੰਚੇ ਹੋਏ ਹਾਂ, ਬਾਕੀ ਇਹਦੀ ਪੜਤਾਲ ਕਰ ਰਹੇ ਹਾਂ ਜੀ। ਕੋਈ ਹਾਲਾਤ ਕੀ ਆ ਇਸ ਵਕਤ ਦੇ, ਤੁਹਾਨੂੰ ਮਤਲਬ ਕੋਈ ਲੱਗਦਾ ਕੁਛ? ਹਾਲਾਤ ਇਹਦੇ ਜੀ ਹੁਣ ਤੁਹਾਨੂੰ ਸਾਹਮਣੇ ਇਹਦਾ ਦਿਸ ਹੀ ਜਾਂਦਾ ਹੈਗਾ ਕਿ ਅਜੇ ਕੁਛ ਕਹਿ ਨਹੀਂ ਸਕਦੇ ਇਸ ਬਾਰੇ। ਇਸ ਦੇ ਬਾਰੇ ਜੋ ਡਾਕਟਰ ਨੇ ਰਿਪੋਰਟ ਆ ਟੈਕਨੀਕਲ ਤੌਰ 'ਤੇ ਪਤਾ ਲੱਗਿਆ। ਲੱਗਾ ਜੀ ਅਰਸ਼ਦੀਪ ਸਿੰਘ, ਪਿਓ ਦਾ ਨਾਂ ਚਰਨਜੀਤ ਸਿੰਘ ਹੈ ਅਤੇ ਪਿੰਡ ਭਾਣਾ ਇਹਦਾ। ਕਿਵੇਂ ਕੀ ਹਾਲਾਤ ਨੇ ਦੇਖੀ? ਹਾਲੇ ਚੱਲ ਰਹੀ ਹੈ, ਤਫਤੀਸ਼ ਵਾਰਸ ਆ ਰਹੇ ਹੈ, ਕੋਈ ਉਹਦੇ ਬਾਰੇ ਪਤਾ ਕਰਦੇ ਇਹਦਾ। ਪਤਾ ਲੱਗਾ ਸੀ MC ਸਾਹਿਬ ਨੂੰ, ਕਮਲਜੀਤ ਸਿੰਘ ਨੂੰ, ਉੱਥੋਂ ਸਾਨੂੰ ਫੋਨ ਗਿਆ 8 ਵਜੇ ਦੇ ਕਰੀਬ ਕਿ ਅਸੀਂ ਮੌਕੇ 'ਤੇ ਪਹੁੰਚੇ ਹੋਏ ਹਾਂ, ਬਾਕੀ ਇਹਦੀ ਪੜਤਾਲ ਕਰ ਰਹੇ ਹਾਂ ਜੀ। ਕੋਈ ਹਾਲਾਤ ਕੀ ਆ ਇਸ ਵਕਤ ਦੇ, ਤੁਹਾਨੂੰ ਮਤਲਬ ਕੋਈ ਲੱਗਦਾ ਕੁਛ? ਹਾਲਾਤ ਇਹਦੇ ਜੀ ਹੁਣ ਤੁਹਾਨੂੰ ਸਾਹਮਣੇ ਇਹਦਾ ਦਿਸ ਹੀ ਜਾਂਦਾ ਹੈਗਾ ਕਿ ਅਜੇ ਕੁਛ ਕਹਿ ਨਹੀਂ ਸਕਦੇ ਇਸ ਬਾਰੇ। ਇਸ ਦੇ ਬਾਰੇ ਜੋ ਡਾਕਟਰ ਨੇ ਰਿਪੋਰਟ ਆ ਟੈਕਨੀਕਲ ਤੌਰ 'ਤੇ ਪਤਾ ਲੱਗਿਆ। ਲੱਗਾ ਜੀ ਅਰਸ਼ਦੀਪ ਸਿੰਘ, ਪਿਓ ਦਾ ਨਾਂ ਚਰਨਜੀਤ ਸਿੰਘ ਹੈ ਅਤੇ ਪਿੰਡ ਭਾਣਾ ਇਹਦਾ। ਕਿਵੇਂ ਕੀ ਹਾਲਾਤ ਨੇ ਦੇਖੀ? ਹਾਲੇ ਚੱਲ ਰਹੀ ਹੈ, ਤਫਤੀਸ਼ ਵਾਰਸ ਆ ਰਹੇ ਹੈ, ਕੋਈ ਉਹਦੇ ਬਾਰੇ ਪਤਾ ਕਰਦੇ ਇਹਦਾ। ਪਤਾ ਲੱਗਾ ਸੀ MC ਸਾਹਿਬ ਨੂੰ, ਕਮਲਜੀਤ ਸਿੰਘ ਨੂੰ, ਉੱਥੋਂ ਸਾਨੂੰ ਫੋਨ ਗਿਆ 8 ਵਜੇ ਦੇ ਕਰੀਬ ਕਿ ਅਸੀਂ ਮੌਕੇ 'ਤੇ ਪਹੁੰਚੇ ਹੋਏ ਹਾਂ, ਬਾਕੀ ਇਹਦੀ ਪੜਤਾਲ ਕਰ ਰਹੇ ਹਾਂ ਜੀ। ਕੋਈ ਹਾਲਾਤ ਕੀ ਆ ਇਸ ਵਕਤ ਦੇ, ਤੁਹਾਨੂੰ ਮਤਲਬ ਕੋਈ ਲੱਗਦਾ ਕੁਛ? ਹਾਲਾਤ ਇਹਦੇ ਜੀ ਹੁਣ ਤੁਹਾਨੂੰ ਸਾਹਮਣੇ ਇਹਦਾ ਦਿਸ ਹੀ ਜਾਂਦਾ ਹੈਗਾ ਕਿ ਅਜੇ ਕੁਛ ਕਹਿ ਨਹੀਂ ਸਕਦੇ ਇਸ ਬਾਰੇ। ਇਸ ਦੇ ਬਾਰੇ ਜੋ ਡਾਕਟਰ ਨੇ ਰਿਪੋਰਟ ਆ ਟੈਕਨੀਕਲ ਤੌਰ 'ਤੇ ਪਤਾ ਲੱਗਿਆ। ਲੱਗਾ ਜੀ ਅਰਸ਼ਦੀਪ ਸਿੰਘ, ਪਿਓ ਦਾ ਨਾਂ ਚਰਨਜੀਤ ਸਿੰਘ ਹੈ ਅਤੇ ਪਿੰਡ ਭਾਣਾ ਇਹਦਾ। ਕਿਵੇਂ ਕੀ ਹਾਲਾਤ ਨੇ ਦੇਖੀ? ਹਾਲੇ ਚੱਲ ਰਹੀ ਹੈ, ਤਫਤੀਸ਼ ਵਾਰਸ ਆ ਰਹੇ ਹੈ, ਕੋਈ ਉਹਦੇ ਬਾਰੇ ਪਤਾ ਕਰਦੇ ਇਹਦਾ। ਪਤਾ ਲੱਗਾ ਸੀ MC ਸਾਹਿਬ ਨੂੰ, ਕਮਲਜੀਤ ਸਿੰਘ ਨੂੰ, ਉੱਥੋਂ ਸਾਨੂੰ ਫੋਨ ਗਿਆ 8 ਵਜੇ ਦੇ ਕਰੀਬ ਕਿ ਅਸੀਂ ਮੌਕੇ 'ਤੇ ਪਹੁੰਚੇ ਹੋਏ ਹਾਂ, ਬਾਕੀ ਇਹਦੀ ਪੜਤਾਲ ਕਰ ਰਹੇ ਹਾਂ ਜੀ। ਕੋਈ ਹਾਲਾਤ ਕੀ ਆ ਇਸ ਵਕਤ ਦੇ, ਤੁਹਾਨੂੰ ਮਤਲਬ ਕੋਈ ਲੱਗਦਾ ਕੁਛ? ਹਾਲਾਤ ਇਹਦੇ ਜੀ ਹੁਣ ਤੁਹਾਨੂੰ ਸਾਹਮਣੇ ਇਹਦਾ ਦਿਸ ਹੀ ਜਾਂਦਾ ਹੈਗਾ ਕਿ ਅਜੇ ਕੁਛ ਕਹਿ ਨਹੀਂ ਸਕਦੇ ਇਸ ਬਾਰੇ। ਇਸ ਦੇ ਬਾਰੇ ਜੋ ਡਾਕਟਰ ਨੇ ਰਿਪੋਰਟ ਆ ਟੈਕਨੀਕਲ ਤੌਰ 'ਤੇ ਪਤਾ ਲੱਗਿਆ। ਲੱਗਾ ਜੀ ਅਰਸ਼ਦੀਪ ਸਿੰਘ, ਪਿਓ ਦਾ ਨਾਂ ਚਰਨਜੀਤ ਸਿੰਘ ਹੈ ਅਤੇ ਪਿੰਡ ਭਾਣਾ ਇਹਦਾ। ਕਿਵੇਂ ਕੀ ਹਾਲਾਤ ਨੇ ਦੇਖੀ? ਹਾਲੇ ਚੱਲ ਰਹੀ ਹੈ, ਤਫਤੀਸ਼ ਵਾਰਸ ਆ ਰਹੇ ਹੈ, ਕੋਈ ਉਹਦੇ ਬਾਰੇ ਪਤਾ ਕਰਦੇ ਇਹਦਾ। ਪਤਾ ਲੱਗਾ ਸੀ MC ਸਾਹਿਬ ਨੂੰ, ਕਮਲਜੀਤ ਸਿੰਘ ਨੂੰ, ਉੱਥੋਂ ਸਾਨੂੰ ਫੋਨ ਗਿਆ 8 ਵਜੇ ਦੇ ਕਰੀਬ ਕਿ ਅਸੀਂ ਮੌਕੇ 'ਤੇ ਪਹੁੰਚੇ ਹੋਏ ਹਾਂ, ਬਾਕੀ ਇਹਦੀ ਪੜਤਾਲ ਕਰ ਰਹੇ ਹਾਂ ਜੀ। ਕੋਈ ਹਾਲਾਤ ਕੀ ਆ ਇਸ ਵਕਤ ਦੇ, ਤੁਹਾਨੂੰ ਮਤਲਬ ਕੋਈ ਲੱਗਦਾ ਕੁਛ? ਹਾਲਾਤ ਇਹਦੇ ਜੀ ਹੁਣ ਤੁਹਾਨੂੰ ਸਾਹਮਣੇ ਇਹਦਾ ਦਿਸ ਹੀ ਜਾਂਦਾ ਹੈਗਾ ਕਿ ਅਜੇ ਕੁਛ ਕਹਿ ਨਹੀਂ ਸਕਦੇ ਇਸ ਬਾਰੇ। ਇਸ ਦੇ ਬਾਰੇ ਜੋ ਡਾਕਟਰ ਨੇ ਰਿਪੋਰਟ ਆ ਟੈਕਨੀਕਲ ਤੌਰ 'ਤੇ ਪਤਾ ਲੱਗਿਆ। ਲੱਗਾ ਜੀ ਅਰਸ਼ਦੀਪ ਸਿੰਘ, ਪਿਓ ਦਾ ਨਾਂ ਚਰਨਜੀਤ ਸਿੰਘ ਹੈ ਅਤੇ ਪਿੰਡ ਭਾਣਾ ਇਹਦਾ। ਕਿਵੇਂ ਕੀ ਹਾਲਾਤ ਨੇ ਦੇਖੀ? ਹਾਲੇ ਚੱਲ ਰਹੀ ਹੈ, ਤਫਤੀਸ਼ ਵਾਰਸ ਆ ਰਹੇ ਹੈ, ਕੋਈ ਉਹਦੇ ਬਾਰੇ ਪਤਾ ਕਰਦੇ ਇਹਦਾ। ਪਤਾ ਲੱਗਾ ਸੀ MC ਸਾਹਿਬ ਨੂੰ, ਕਮਲਜੀਤ ਸਿੰਘ ਨੂੰ, ਉੱਥੋਂ ਸਾਨੂੰ ਫੋਨ ਗਿਆ 8 ਵਜੇ ਦੇ ਕਰੀਬ ਕਿ ਅਸੀਂ ਮੌਕੇ 'ਤੇ ਪਹੁੰਚੇ ਹੋਏ ਹਾਂ, ਬਾਕੀ ਇਹਦੀ ਪੜਤਾਲ ਕਰ ਰਹੇ ਹਾਂ ਜੀ। ਕੋਈ ਹਾਲਾਤ ਕੀ ਆ ਇਸ ਵਕਤ ਦੇ, ਤੁਹਾਨੂੰ ਮਤਲਬ ਕੋਈ ਲੱਗਦਾ ਕੁਛ? ਹਾਲਾਤ ਇਹਦੇ ਜੀ ਹੁਣ ਤੁਹਾਨੂੰ ਸਾਹਮਣੇ ਇਹਦਾ ਦਿਸ ਹੀ ਜਾਂਦਾ ਹੈਗਾ ਕਿ ਅਜੇ ਕੁਛ ਕਹਿ ਨਹੀਂ ਸਕਦੇ ਇਸ ਬਾਰੇ। ਇਸ ਦੇ ਬਾਰੇ ਜੋ ਡਾਕਟਰ ਨੇ ਰਿਪੋਰਟ ਆ ਟੈਕਨੀਕਲ ਤੌਰ 'ਤੇ ਪਤਾ ਲੱਗਿਆ।